ਬਰਨਾਲਾ ਦੇ ਮਹਿਲ ਕਲਾਂ 'ਚ 26 ਸਾਲਾ ਨੌਜਵਾਨ ਦੀ ਵੱਧ ਨਸ਼ੇ ਕਾਰਨ ਮੌਤ ਹੋ ਗਈ। ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਗਗਨਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ 8 ਸਾਲਾਂ 'ਚ 1 ਕਰੋੜ ਤੋਂ ਵੱਧ ਦਾ ਨਸ਼ਾ ਕਰ ਚੁੱਕਾ ਸੀ। ਉਕਤ ਨੌਜਵਾਨ ਇੱਕ ਪੰਜਾਬੀ ਗਾਇਕ ਵੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸਦਾ ਆਇਆ ਗਾਣਾ ਚਿੱਟਾ ਕਾਫੀ ਮਸ਼ਹੂਰ ਹੋਇਆ ਸੀ। ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਗਗਨਦੀਪ ਨੇ ਨਸ਼ਾ ਕਰਨ ਲਈ ਸਿਰਿੰਜ ਆਪਣੀ ਬਾਂਹ 'ਚ ਲਗਾਈ ਅਤੇ ਮੌਕੇ 'ਤੇ ਉਸਦੀ ਮੌਤ ਹੋ ਗਈ। ਉਸਨੇ ਖੁਦ ਆਪਣੇ ਪੁੱਤ ਦੀ ਬਾਂਹ 'ਚੋਂ ਸਿਰਿੰਜ ਕੱਢੀ ਸੀ। ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ ਪਿਛਲੇ 8 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਇਸੇ ਨਸ਼ੇ ਦੇ ਕਾਰਨ ਹੀ ਉਹਨਾਂ ਦੇ ਬੇਟੇ ਦੀ ਵਿਆਹੋਤਾ ਜ਼ਿੰਦਗੀ ਬਰਬਾਦ ਹੋ ਗਈ ਸੀ ਅਤੇ ਤਲਾਕ ਵੀ ਹੋ ਚੁੱਕਾ ਸੀ। ਮੇਰਾ ਪੁੱਤ ਸੀ ਜੀ, ਇਹ ਇੱਕ ਨਾ ਚਿੱਟਾ ਕਰਦਾ ਸੀਗਾ, ਇਹਦਾ ਤਲਾਕ ਹੋ ਗਿਆ ਸੀ, ਵਿਆਹ ਹੋ ਕੇ ਉਦੋਂ ਦਾ ਬਾਲਾ ਕਰਨ ਲੱਗ ਗਿਆ, ਟੈਂਸ਼ਨ ਮੰਨ ਗਿਆ ਸੀ। ਜਦੋਂ ਉਹਨੇ ਦੇਖਿਆ ਸਿਰਿੰਜ ਲੱਗੀ ਵੀ ਬਾਅਦ 'ਚ ਉਹਨੇ ਦੇਖੀ ਆ, ਫਿਰ ਉਹਨੇ ਕੱਢੀ ਆ। ਮੈਨੂੰ ਲੱਗਦਾ ਯਾਰ ਮੇਰਾ ਹੁਣ ਤੱਕ ਨੁਕਸਾਨ ਆ ਜਿਹੜਾ 1.5 ਕਰੋੜ ਰੁਪਈਏ ਦਾ ਹੋ ਗਿਆ। ਕਰੋੜ ਕੁ ਦਾ ਤਾਂ ਇਹ ਚਿੱਟਾ ਖਾ ਗਿਆ। ਉਸ ਜਾਣੀ ਸਾਰਾ ਅਸੀਂ 2 ਜੀ ਮੁਲਾਜ਼ਮ ਹਾਂ, ਘਰ ਵਾਲੀ ਹੈੱਡ ਟੀਚਰ ਸੀਗਾ, ਮੈਂ ਮੰਡੀ ਸੁਪਰਵਾਈਜ਼ਰ ਰਿਟਾਇਰ ਹੋਇਆ। ਰੀਤ ਵੀ ਲਿਖਦਾ ਸੀ 15 ਲੱਖ ਰੁਪਈਆ ਕੋਈ ਕੰਪਨੀ ਆ ਉਹਨੂੰ ਜਮ੍ਹਾਂ ਕਰਾਇਆ ਸੀ, ਉੱਥੇ 5 ਸੀ ਗੀਤ ਕੱਢੇ, ਗਰਮੇਜ ਅਖਤਰ ਨਾਲ ਕੱਢਿਆ, ਆਪ ਹੀ ਲਿਖਦਾ ਸੀ ਜੀ। ਦੇਖੋ ਜੀ, ਮੈਂ ਤਾਂ ਇਉਂ ਕਹਿੰਦਾ ਆ ਕਰੋਨਾ ਕਰੀ ਜਾਂਦੇ ਆ, ਕਰੋਨਾ ਦਾ ਤਾਂ ਮੈਨੂੰ ਇੱਕ ਮਰੀਜ਼ ਵੀ ਨਹੀਂ, ਬਸ ਮੂੰਹ 'ਤੇ ਪੱਟੀਆਂ ਬਣਾਤੀਆਂ, ਜਿਹੜੀ ਅਸਲੀ ਬਿਮਾਰੀ ਆ ਨਸ਼ਾ। ਉੱਥੇ ਹੀ ਇਸ ਮਾਮਲੇ 'ਚ ਜਾਂਚ ਅਧਿਕਾਰੀ ਥਾਣੇਦਾਰ ਮਹਿੰਦਰ ਸਿੰਘ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਨੂੰ ਜ਼ਹਿਰੀਲੀ ਚੀਜ਼ ਨਾਲ ਹੋਈ ਖੁਦਕੁਸ਼ੀ ਦੱਸਦੇ ਹੋਏ ਕਿਹਾ ਕਿ ਮ੍ਰਿਤਕ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਨਹੀਂ ਹੋਈ ਹੈ। ਉੱਥੇ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਖੁਦ ਉਹਨਾਂ ਦੇ ਬੇਟੇ ਦੀ ਬਾਂਹ 'ਚੋਂ ਨਸ਼ੇ ਦੀ ਸਿਰਿੰਜ ਕੱਢੀ ਸੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਿਸ ਧਾਰਾ 174 ਦੇ ਅਧੀਨ ਕਾਰਵਾਈ ਕਰ ਰਹੀ ਹੈ। ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀਗੀ ਜੀ, ਉਹਦਾ ਕਰਕੇ ਦੀ ਮੌਤ ਹੋ ਗਈ। ਨਹੀਂ ਜ਼ਹਿਰੀਲੀ ਜੇ ਤਾਂ ਇਹਨਾਂ ਦੇ ਪਿਤਾ ਜੀ ਕਹਿੰਦੇ ਵੀ ਜੋ ਨਸ਼ੇ ਦਾ ਟੀਕਾ ਹੈ ਇਹਦੀ ਬਾਂਹ 'ਚ ਉਹਨਾਂ ਨੇ ਆਪ ਕੱਢਿਆ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਅਸੀਂ ਇਹਦੇ ਬਾਰੇ ਕੁਛ ਨਹੀਂ ਦੇਖਿਆ, ਪੁਲਿਸ ਕਾਰਵਾਈ ਇਹਦੀ 174 ਹੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ। ਉਸ ਵੱਲੋਂ ਪ੍ਰਸਿੱਧ ਗਾਇਕਾ ਗੁਰਲੇਜ਼ ਅਖਤਰ ਦੇ ਨਾਲ ਗਾਇਆ ਗੀਤ ਜੀਜਾ ਜੀ ਅਤੇ ਚਿੱਟੇ ਵਾਲੀ ਲਾਈਨ, ਚੱਕਵੀਂ ਮੰਡੀਰ ਗੀਤ ਯੂਟਿਊਬ 'ਤੇ ਕਾਫੀ ਹਿੱਟ ਹੋਏ ਹਨ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ 1 ਕਰੋੜ ਰੁਪਏ ਤੋਂ ਉੱਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਅਤੇ ਗਾਇਕੀ ਦੇ ਚੱਕਰ 'ਚ ਲੱਖਾਂ ਰੁਪਇਆ ਖਰਾਬ ਕਰ ਚੁੱਕਾ ਸੀ। ਬਿਊਰੋ ਰਿਪੋਰਟ, ਦ ਪੋਲੀਟੀਕਲ ਐਜ।